ਉੱਤੇ ਤਾਂ 2 ਸਾਲ ਹੋ ਗਏ ਨੇ, ਸਪੇਨ ਗਿਆ ਤਾਂ ਸਪੇਨ ਤੇ ਚਲਿਆ ਗਿਆ ਰੂਸ। ਉਠ ਨਾ ਰੋਟੀ ਮਿਲਦਾ ਨਾ ਕੁਛ ਖਾਣ ਪੀਣ ਨੂੰ, ਬੱਚੇ ਬਹੁਤ ਦੁਖੀ। ਉਹ ਧੋਖੇ ਗੇਲ ਹੋਏ ਆ ਫੌਜ 'ਚ ਭਰਤੀ, ਕਿ ਵੀ ਕੋਈ ਸਿਕਿਉਰਿਟੀ ਗਾਰਡ ਕੀ ਨੌਕਰੀ ਕਰ ਲਿਓ, ਕੋਈ ਵੀ ਰੋਟੀ ਪਾਣੀ ਤੇ, ਕੋਈ ਡਰਾਈਵਰੀ ਤੇ। ਫਿਰ ਉਹਨੂੰ ਤੇ ਵਰਦੀਆਂ ਪਵਾ ਦੀਆਂ ਧੋਖੇ ਗੇਲ, ਵੀ ਬਹੁਤ ਡਰ ਲੱਗ ਰਿਹਾ। ਪਹਿਲਾਂ 3 ਮਹੀਨੇ 'ਚ ਵੀ ਨਹੀਂ ਬਾਤ ਹੋਈ ਤੀ, ਪਹਿਲੇ ਮਹੀਨੇ 'ਚ ਵੀ ਨਹੀਂ ਹੋਈ, ਫਿਰ ਉਸ ਤੋਂ ਬਾਅਦ ਹੋਣ ਲੱਗੀ ਆ। ਤੀਜੇ ਕੀ ਲਾਸਟ ਜੀ ਮਾਂ ਕਾ ਗੱਲ ਤਾਂ ਹੋ ਰਹੀ ਆ, ਰੋਟੀ ਰੂਟੀ ਨਹੀਂ ਮਿਲਦੀ ਹੈਗੀ। ਹਾਂ, ਬੱਚਾ ਵੀ ਬੇੜੀਏ ਕੋਲ ਕਰੀਏ ਤਾਂ ਜਿਵੇਂ ਸੁੱਕਿਆ ਪਿਆ ਬੱਚਾ। ਮੈਡਮ ਕੋਈ ਗੱਲਬਾਤ ਹੁੰਦੀ ਹੈ ਕਿ ਤਨਖਾਹ ਵਗੈਰਾ ਦੇ ਰਹੇ ਹੋ? ਕੁਛ ਨਹੀਂ ਹਲੇ ਤਾਂ, ਕੁਛ ਵੀ ਨਾ। ਤੇ ਕਿਵੇਂ ਦੇਖਦੇ ਹੋਗੇ ਕੱਲ ਨਰਿੰਦਰ ਮੋਦੀ ਦੀ ਜਿਸ ਤਰ੍ਹਾਂ ਦੇ ਨਾਲ ਮੀਟਿੰਗ ਹੋਈ ਹੈ, ਤੇ ਉਹਨਾਂ ਦੇ ਵੱਲੋਂ ਇਹ ਮੁੱਦਾ ਚੱਕਿਆ ਗਿਆ ਕਿ ਬੱਚਿਆਂ ਨੂੰ ਵਾਪਸ ਲਿਆਂਦਾ ਜਾਵੇ, ਕਿਵੇਂ ਦੇਖਦੇ ਕਿਵੇਂ ਹੋਏ ਸਾਰੀ? ਜੇ ਮੋਦੀ ਜੀ ਮੇਰੇ ਬੱਚੇ ਨੂੰ ਵਾਪਸ ਬੁਲਾ ਦੇ, ਬਹੁਤ ਬਹੁਤ ਧੰਨਵਾਦ ਹੋਊਗਾ ਜੀ। ਬਹੁਤ ਕੁਛ ਖੋਕਾ ਮਿਲਿਆ ਮੈਨੂੰ, ਮੇਰਾ ਬੱਚਾ ਬਹੁਤ ਕੁਛ ਗਵਾਕਾ। ਕਿੰਨਾ ਕੁ ਪਰਿਵਾਰ ਮੈਂਬਰਾਂ ਦੇ ਲਈ ਕਿੰਨਾ ਕੁ ਔਖਾ ਹੁੰਦਾ ਹੈ ਜਦੋਂ ਬੱਚਾ ਉੱਥੇ ਫਸਿਆ ਹੋਇਆ ਹੋਵੇ ਤੇ ਪਰਿਵਾਰ ਮੈਂਬਰ ਇੱਥੇ ਹੋਣ? ਇੱਕ ਮਰਿਆ ਨਹੀਂ ਜਾਂਦਾ, ਜਿਉਂਦਾ ਕੋਈ ਨਹੀਂ, ਜਾਨ ਨਹੀਂ ਲਿਕੜ ਰਹੀ ਬਸ। ਕਦੇ ਪ੍ਰਸ਼ਾਸਨ ਨਾਲ ਕਦੇ ਗੱਲਬਾਤ ਹੋਈ ਹੋਵੇ, ਕੋਈ ਇੱਥੇ ਆਇਆ ਹੋਵੇ ਤੁਹਾਡੇ ਕੋਲ ਦੁੱਖ ਸੁੱਖ ਅੱਗੇ ਗੱਲਬਾਤ ਕਰਨ ਦੇ? ਕੋਈ ਨਹੀਂ ਆਇਆ, ਸਿਰ ਪੁਰਾਣੀ ਕੇ ਪਾਸ ਗਏ ਤੇ ਮਾਮੀ ਗਏ ਤੇ ਕੋਈ ਉਰੀ ਕਾ ਬੰਦਾ ਲੈ ਕੇ ਗਿਆ ਥਾ ਰਮੇਸ਼, ਉਹ ਲੈ ਗਿਆ ਥਾ ਰਾਣੀ ਕੇ ਪਾਸ। ਰਾਣੀ ਨੂੰ ਚਿੱਠੀ ਲਿਖੀ ਤੀ ਮੋਦੀ ਜੀਆਂ ਤੇ। ਰਾਣੀ ਕੌਣ ਜੀ? ਪਰਨੀਤ ਕੌਰ ਰਾਣੀ ਪਟਿਆਲੇ ਕੀ ਮਹਾਰਾਣੀ, ਉਸਨੇ ਚਿੱਠੀ ਲਿਖੀ ਤੀ ਮੋਦੀ ਜੀਆਂ ਤੇ, ਉਹ ਜਾ ਕੇ ਵੀ ਆਈ ਹੈ ਮੋਦੀ ਜੀਆਂ ਤੇ। ਦੇਖੋ ਵੀ ਮੋਦੀ ਜੀ ਜੇ ਬੁਲਾ ਦੇ, ਬਹੁਤ ਬਹੁਤ ਧੰਨਵਾਦ ਹੋਊਗਾ ਮੋਦੀ ਜੀਆਂ ਦਾ। ਤੇ ਮੈਡਮ ਪਰਿਵਾਰਕ ਦੇ ਵਿੱਚ ਹੋਰ ਕੌਣ ਕੌਣ ਹੋਵੇ? ਬਸ ਇੱਕ ਕੋ ਡੈਡੀ ਹੈ ਪ੍ਰੀਤ ਕਾ, ਇੱਕ ਪ੍ਰੀਤ ਕਾ ਛੋਟਾ ਭਾਈ ਹੈ, ਇੱਕ ਮੈਂ ਚਾਰ ਜੀ ਨੇ। ਹਾਂ, ਤੇ ਹੁਣ ਲੱਗਦਾ ਉਮੀਦ ਹੈ ਕਿ ਵਾਪਸ ਆ ਜਾਊਗਾ ਜਿਵੇਂ ਗੱਲਬਾਤ ਚੱਲ। ਉਮੀਦ ਤਾਂ ਮੈਨੂੰ ਬਹੁਤ ਟਾਈਮ ਤੇ ਦੇ ਰਹੇ, 3 ਮਹੀਨੇ ਹੋ ਗਏ ਕਹਿੰਦਿਆਂ ਨੂੰ ਵੀ 10 ਦਿਨ ਮਾ ਆ ਜਾਏਗਾ, 5 ਦਿਨ ਮਾ ਆ ਜਾਏਗਾ, ਹਫ਼ਤੇ ਮਾ ਆ ਜਾਏਗਾ। ਮੈਂ ਦੇਖੀ ਜਾਂ ਪਾਗਲਾ ਮੁਕਾਏਗਾ ਆਏਗਾ, ਪਰ ਨਹੀਂ ਲੱਗਦਾ ਆਇਆ ਨਹੀਂ। ਦੇਖੋ ਬਾਕੀ ਕੀ ਕਰਦੇ ਮੋਦੀ ਸਾਹਿਬ ਜੀ। ਹੋਰ ਕਿੰਨੇ ਕੁ ਬੱਚੇ ਕਦੇ ਗੱਲਬਾਤ ਹੋਈ ਹੋਵੇ, ਕਿਹੜੇ ਸ਼ਹਿਰ ਦੇ ਵਿੱਚ ਨੇ, ਪਤਾ ਕੁਛ ਕਿਹੜੇ ਸ਼ਹਿਰ 'ਚ ਨੇ? ਮੈਨੂੰ ਸ਼ਹਿਰ ਕਾ ਨਹੀਂ ਪਤਾ ਹੈ, ਫੌਜ ਦੇ ਵਿੱਚ ਭਰਤੀ ਰੂਸ ਮੈਂ ਭਰਤੀ ਹੈ ਵੀ, ਪਰ ਪਤਾ ਨਹੀਂ ਹੈ ਮੈਨੂੰ। ਤੇ ਹੋਰ ਵੀ ਕਿੰਨੇ ਕੋਈ ਮੁੰਡੇ, ਕਿੰਨੇ ਮੁੰਡੇ ਨੇਗੇ ਜਿਹੜੇ ਉਹਦੇ ਨਾਲ ਨੇਗੇ? ਇਹ 7 ਮੁੰਡੇ ਤੇ। ਅੱਛਾ ਜੀ। ਹਾਂ, 7 ਮੁੰਡੇ ਇੱਥੇ ਦੀ ਨੇ ਜੀ ਸਾਰੇ? ਨਹੀਂ, ਹਾਂਜੀ, 3 ਗੁਰਦਾਸਪੁਰ ਕੇ, 1 ਹੁਸ਼ਿਆਰਪੁਰ ਕਾ, 2 ਕਰਨਾਲ ਕੇ ਆ, 1 ਡਕਾਲੇ ਕਾ ਗੁਰਪ੍ਰੀਤ। ਬਾਕੀ ਮੈਨੂੰ ਪਤਾ ਮੁੰਡੇ ਸਾਰੇ ਇਕੱਠੇ ਰਹਿ ਰਹੇ ਨੇ, ਇਹ ਤਾਂ ਇੱਕੋ ਜਗ੍ਹਾ ਮੈਂ, ਪਰ ਅਲੱਗ ਅਲੱਗ ਰਹਿ ਰਹੇ ਆ, ਇਕੱਠੇ ਨਹੀਂ ਹੈਗੇ। ਕੁਛ ਹੋਰ ਕਹਿਣਾ ਚਾਹੁੰਦੇ ਹੋ ਵੀਡੀਓ ਦੇ ਜ਼ਰੀਏ ਮੋਦੀ ਸਾਹਿਬ ਨੂੰ, ਕੁਛ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ, ਅਪੀਲ ਕਰਨਾ ਚਾਹੁੰਦੇ? ਸਰਕਾਰ ਨੇ ਮੈਂ ਤਾਂ ਜੋ ਇਹ ਕਹਾਂ ਵੀ ਮੇਰਾ ਬੱਚਾ ਵਾਪਿਸ ਲੈ ਦੇ, ਮੈਨੂੰ ਦੁਨੀਆ ਬਹੁਤ ਤਾਨੇ ਦੇ ਰਹੀ ਹੈ, ਬਹੁਤ ਕੁਛ ਬੋਲ ਰਹੀ ਹੈ, ਮੈਂ ਬਹੁਤ ਔਖੀ ਹੋ ਰਹੀ ਹੂੰ, ਮੈਨੂੰ ਰਹਿਣ ਵੀ ਨਹੀਂ ਕੋਈ ਉਰਾ ਦੇ ਰਿਹਾ, ਬਸ ਇੱਕ ਧੱਕੇ ਗੇਲ ਰਹਿ ਰਹੀ ਹੂੰ ਮੈਂ। ਅੜੋਸੀ ਪੜੋਸੀ ਵੀ ਇੰਨੇ ਤੰਗ ਕਰ ਰਹੇ, ਇੰਨੇ ਸਦਾ ਰਹੇ ਨਾ, ਇੰਨਾ ਤੰਗ ਬਹੁਤ ਜ਼ਿਆਦਾ। ਬੱਚੇ ਨੀ ਕਰਦੇ, ਬੜੇ ਕਰਦੇ ਨੇ, ਬੜੇ ਅੜੋਸੀ ਪੜੋਸੀ ਜ਼ਿਆਦਾ ਤੰਗ ਕਰ ਰਹੇ ਮੈਨੂੰ, ਬਹੁਤ ਤੰਗ।